ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ, ਫਰੀਦਕੋਟ ਤੋਂ ਵਾਇਆ ਚਹਿਲ ਹੋ ਕੇ ਸੜਕ ਭਾਣੇ ਪਿੰਡ 'ਚ ਆਉਂਦੀ ਹੈ, ਜਿਹੜੀ ਅੱਗੇ ਚਮੇਲੀ ਅਤੇ ਨੰਗਲ ਜਾਂ ਕੋਟ ਸੁਖੀ ਨੂੰ ਲੰਘਦੀ ਹੈ। ਮੈਂ ਜਿਹੜੇ ਘਰ 'ਚੋਂ ਵੀਡੀਓ ਬਣਾ ਰਿਹਾ ਬਾਈ, ਇੱਕ ਆਮ ਪਸ਼ੂ ਪਾਲਕ ਹੈ ਜਿਹੜਾ ਘਰੇ ਪਸ਼ੂ ਸਾਂਭਦਾ, ਅੱਜ ਇੱਕ ਪਹਿਲਾਂ ਝੋਟੀ ਬਾਈ ਕੋਲ ਤਿਆਰ ਹੋਈ ਹੈ। ਇਹਦੇ ਬਾਰੇ ਆਪਾਂ ਗੱਲਬਾਤ ਮੇਨ ਕਰਨੀ ਹੈ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ। ਜਿਹਨੂੰ ਇਹ ਝੋਟੀ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਕਿ ਉਹ ਤੁਹਾਡਾ ਹੱਕ ਹੈ, ਤੁਸੀਂ ਆਪਦੀ ਸਮਝ ਨਾਲ ਚੀਜ਼ ਖਰੀਦਣੀ ਹੁੰਦੀ ਹੈ ਤਾਂ ਨਿਰਖ ਪਰਖ ਪੂਰੀ ਕਰ ਸਕਦੇ ਹੁੰਦੇ ਆ। ਆਓ ਡਿਟੇਲ ਪੁੱਛੀਏ, ਫਿਰ ਇਹਨੂੰ ਤੋਰਾਂਗੇ। ਰੇਟ ਵੀਡੀਓ 'ਚ ਹੀ ਹੋਊਗਾ, ਬਾਕੀ ਤੁਹਾਨੂੰ ਜਿੰਨਾ ਜਚੂਗਾ ਤੁਸੀਂ ਲਾ ਕੇ ਦੇਖ ਲਓਗੇ। ਮਾਲਕ ਆਪਦੀ ਚੀਜ਼ ਦਾ ਮੁੱਲ ਮੰਗਦਾ। ਆਇਓ ਬਾਈ ਸਾਹਮਣੇ। ਸੋ ਵੀਰ ਨੂੰ ਮਿਲਦੇ ਆਪਾਂ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਬਾਈ। ਸਤਨਾਮ ਸਿੰਘ ਜੀ। ਸਤਨਾਮ ਬਾਈ, ਇੱਕ ਅੱਧਾ ਨਗ ਫਿਰ ਤਿਆਰ ਕਰ ਲੈਂਦੇ ਹੋ? ਹਾਂਜੀ ਹਾਂਜੀ, ਇੱਕ ਅੱਧਾ। ਝੋਟੀ ਪਹਿਲਾਂ ਸੂਆ ਸੂਰੀ? ਹਾਂਜੀ, ਪਹਿਲਾਂ ਸੂਆ ਹੀ ਹੈ ਜੀ। ਠੀਕ ਹੈ, ਕਿੰਨੇ ਕੁ ਦਿਨ ਲੈ ਜੂ ਸੂਨ 'ਚ ਬਾਈ? ਇਹ ਜੀ 5-6 ਦਿਨ ਲੈ ਜੂਗੀ ਜੀ। ਹਜੇ 5-6 ਦਿਨ ਲੈ ਜੂਗੀ। ਹਾਂਜੀ। ਉਮਰ ਅੰਦਾਜ਼ਾ ਕੋਈ ਹੋਊਗਾ ਜਾਂ ਦੰਦੋਂ ਦੇਖੀ ਹੋਵੇ? ਹਾਂਜੀ, ਉਮਰ ਹੈਗੀ ਆ 2.5 ਸਾਲਾਂ, 2.5-3 ਦੀ। 2.5-3 ਸਾਲ ਉਮਰ? ਹਾਂਜੀ। ਰੇਟ ਕੀ ਰੱਖਦੇ ਹੋ ਸਤਨਾਮ ਬਾਈ? ਰੇਟ ਜੀ ਇਹਦਾ 98,000 ਰੁਪਇਆ ਜੀ। 98,000? ਹਾਂਜੀ। ਦੱਸੋ ਝੋਟੀ, ਦੇਖੋ ਤੁਸੀਂ, ਰੇਟ 98,000 ਹੈ। ਸਿੰਘ ਕੁੰਡਿਆਂ ਦੀ ਹੈ, ਮੱਥਾ ਸਾਰਾ ਕਾਲਾ ਪਰ ਵਿੱਚ 2-3 ਵਾਲ 4 ਵਾਲ ਜਾਂ ਇਹ ਮੰਨ ਲਓ ਵੀ 10 ਵਾਲ ਜਿਹੜੇ ਉਹ ਚਿੱਟੇ ਦਿਸਦੇ ਆ। ਥਣਾਂ 'ਚ ਬਿੱਥੀ ਸੋਹਣੀ ਹੈ, ਥਣ ਦਾ ਸਾਈਜ਼ ਚੰਗਾ। ਸੂਆ ਪਹਿਲਾਂ 5-6 ਦਿਨ ਹਜੇ ਲੈਂਦੀ ਹੈ। ਖੋਲ੍ਹੋ ਬਾਈ ਤੋਰ ਕੇ ਨੂੰ। 2.5-3 ਸਾਲ ਦੇ ਵਿੱਚ ਉਮਰ ਹੋਊਗੀ। ਹਾਈਟ ਮੀਡੀਅਮ, ਵਜ਼ਨ ਤੁਹਾਡੇ ਸਾਹਮਣੇ ਹੈ। ਹਵਾਨਾ ਜਿਹੜਾ ਉਹ ਤੁਸੀਂ ਹੁਣ ਇਵੇਂ ਦੇਖ ਲਓ, ਹਜੇ ਝੋਟੀ ਨੇ ਤਿਆਰ ਹੋਣਾ। ਮੋੜ ਲਓ ਇੱਥੋਂ। 98,000 ਡਿਮਾਂਡ ਹੈ, ਥੋੜ੍ਹਾ ਬਹੁਤ ਮਾਨ ਤਾਣ ਹੋਊਗਾ ਦੋਨਾਂ ਪਾਸਿਆਂ ਤੋਂ। ਥਣ ਤੁਸੀਂ ਹੁਣ ਦੇਖ ਲਿਆ, ਦੱਸੋ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾਤਾ, ਬਾਕੀ ਤਸੱਲੀ ਤੁਸੀਂ ਕਰ ਲੈਣੀ ਹੈ। ਨੰਬਰ ਜਿਹੜਾ ਉਹ ਬਾਈ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ, ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕੋਗੇ। ਨਗ ਅੱਜ ਦੀ ਵੀਡੀਓ ਚੈੱਕ ਹੀ ਹੈ, ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਹੀ ਆ ਤੁਹਾਨੂੰ ਵੀ ਇਹ ਘਰੇਲੂ ਪਸ਼ੂ ਪਾਲਕ ਵੀਰ ਹੈ ਜਿਹਦੇ ਕੋਲ ਕਦੇ ਕਦੇ ਪਸ਼ੂ ਤਿਆਰ ਹੁੰਦਾ। ਸੋ ਬਾਈ ਇਹਦੀ ਪੂਛ ਫੜੀ ਮੜੀ, ਢਿੱਲ ਹਵਾਨੇ 'ਚ ਅਜੇ ਗਾਵਾਂ ਵਾਂਗੂ ਪਈ ਹੈ। ਹਾਂਜੀ। ਉਹ ਆਸ ਆ ਵੀ ਸੋਹਣੀ ਬਣ ਜੂ, ਛੱਡ ਦੇ ਬਾਈ ਪੂਛ। ਉਮੀਦ ਇਹ ਕਰ ਸਕਦੇ ਹਾਂ ਵੀ ਸੋਹਣੀ ਤਿਆਰ ਹੋ ਜੂਗੀ, ਕਿੰਨੀ ਕੁ ਬਣਦੀ ਹੈ ਜਾਂ ਕੀ ਰਿਜ਼ਲਟ ਇਹਦਾ ਰਹਿੰਦਾ ਉਹ ਬਾਅਦ ਦੀ ਗੱਲ ਹੈ। ਸੋ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਹੋਊਗਾ। ਅਸੀਂ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਦੇਖੋ। ਠੀਕ ਹੈ ਬਾਈ, ਓਕੇ। ਸੋ ਇੱਕ ਹੀ ਨਗ ਸੀ ਦੋਸਤੋ, ਬਾਕੀ ਸਿੰਗਾਂ ਦੀ ਸ਼ੇਪ ਫਿਰ ਦੇਖ ਲਓ ਤੁਸੀਂ। ਹੁਣ ਫਿਰ ਹਵਾਨਾ ਸਾਈਡ ਨੂੰ ਜਾਂਦੀ ਦਾ ਦੇਖ ਸਕਦੇ ਹੋ। ਸੋ ਧੰਨਵਾਦ, ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ।